ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਲਈ ਸਮਾਂ ਸੀਮਾ ਦਾ ਨਵਾਂ ਟਾਈਮ ਟੇਬਲ ਜਿਹੜਾ ਐਲਾਨ ਕੀਤਾ ਸੀ ਔਰ ਇਸੇ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਉਸ ਸਮੇਂ ਨੂੰ ਜਿਹੜਾ ਹੈ ਉਹ ਨੋਟੀਫਾਈ ਕਰ ਦਿੱਤਾ ਹੈ ਪੱਤਰ ਰਾਹੀਂ ਸੋ ਆਓ ਇਸ ਬਾਰੇ ਜਾਣਕਾਰੀ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਆ ਦੋਸਤੋ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ 2 ਮਈ ਤੋਂ 15 ਜੁਲਾਈ ਤੱਕ ਸਵੇਰੇ 7:30 ਤੋਂ 2 ਵਜੇ ਕਰ ਦਿੱਤਾ ਗਿਆ ਸੀ ਔਰ ਇਸ ਨੂੰ ਅੱਜ ਜਿਹੜਾ ਹੈ ਪੱਤਰ ਦੇ ਰਾਹੀਂ ਨੋਟੀਫਾਈ ਵੀ ਕਰ ਦਿੱਤਾ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਹੁਣ 2 ਮਈ ਤੋਂ ਸਵੇਰੇ 7:30 ਵਜੇ ਜਿਹੜੇ ਨੇ ਸਰਕਾਰੀ ਦਫ਼ਤਰ ਖੁੱਲਣਗੇ ਤੇ 2 ਵਜੇ ਦੁਪਹਿਰੇ ਜਿਹੜੇ ਨੇ ਉਹ ਬੰਦ ਹੋ ਜਾਣਗੇ ਸੋ ਮੈਂ ਦੱਸਦਾ ਕਿ ਇਹ 2 ਮਈ ਤੋਂ ਲੈ ਕੇ 15 ਜੁਲਾਈ ਤੱਕ 2.5 ਮਹੀਨਿਆਂ ਦੇ ਸਮੇਂ ਦੌਰਾਨ ਜਿਹੜੀ ਹੈ ਇਸ ਤਰ੍ਹਾਂ ਦੀ ਟਾਈਮਿੰਗ ਰਹੇਗੀ ਫਿਰ ਇਸ ਤੋਂ ਬਾਅਦ ਮੁੜ ਉਸੇ ਤਰ੍ਹਾਂ ਹੀ ਜਿਹੜੇ ਦਫ਼ਤਰ ਨੇ 9 ਤੋਂ 5 ਖੁੱਲਣਗੇ ਔਰ ਇਸ ਪੱਤਰ ਦੇ ਵਿੱਚ ਖਾਸ ਕਰ ਇਹ ਹੈ ਕਿ ਪਾਵਰ ਕੰਜ਼ਮਪਸ਼ਨ ਨੂੰ ਲੈ ਕੇ ਜਿਹੜਾ ਹੈ ਇਸ ਪੱਤਰ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਪਾਵਰ ਕੰਜ਼ਮਪਸ਼ਨ ਨੂੰ ਯਾਨੀ ਕਿ ਬਿਜਲੀ ਦੀ ਖਪਤ ਨੂੰ ਘਟਾਉਣ ਦੇ ਲਈ ਜਿਹੜਾ ਇਹ ਫੈਸਲਾ ਲਿਆ ਗਿਆ ਇੱਕ ਵਾਰੀ ਪੱਤਰ ਜਿਹੜਾ ਮੈਂ ਜ਼ਰੂਰ ਪੜ੍ਹ ਕੇ ਸੁਣਾ ਦਿੰਦਾ ਅ ਇਹਦੇ ਵਿੱਚ ਲਿਖਿਆ ਕਿ ਪਾਵਰ ਕੰਜ਼ਮਪਸ਼ਨ ਵਿੱਚ ਪੀਕਸ ਇਨ ਸਮਰ ਕੈਨ ਸਬਸਟੈਂਸ਼ੀਅਲੀ ਬੀ ਰਿਡਿਊਸਡ ਬਾਈ ਓਪਨਿੰਗ ਗਵਰਨਮੈਂਟ ਆਫਿਸਸ ਡਿਊਰਿੰਗ ਮਾਰਨਿੰਗ ਆਰਸ ਐਂਡ ਇਟ ਇਜ਼ ਡਿਜ਼ਾਇਰੇਬਲ ਥੈਟ ਆਲ ਦਾ ਫੀਲਡ ਆਫਿਸਰਸ ਸ਼ੁੱਡ ਓਪਨ ਇਨ ਅਰਲੀ ਮਾਰਨਿੰਗ ਆਰ ਯਾਨੀ ਕਿ ਜੋ ਕਿ ਗਰਮੀ ਦਾ ਸਭ ਤੋਂ ਪੀਕ ਹੁੰਦਾ ਹੈ ਦੁਪਹਿਰ ਦੇ ਵਕਤ ਉਸ ਵਕਤ ਬਿਜਲੀ ਨੂੰ ਬਚਾਉਣ ਦੇ ਲਈ ਇਹ ਫੈਸਲਾ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈ ਔਰ ਇਸ ਪੱਤਰ ਦੇ ਵਿੱਚ ਸਾਫ਼ ਲਿਖ ਦਿੱਤਾ ਗਿਆ ਹੈ ਕਿ ਜਿੰਨੇ ਵੀ ਪੰਜਾਬ ਸਰਕਾਰ ਦੇ ਦਫ਼ਤਰ ਨੇ ਚਾਹੇ ਉਹ ਚੰਡੀਗੜ੍ਹ 'ਚ ਨੇ ਚਾਹੇ ਉਹ ਪੰਜਾਬ 'ਚ ਨੇ ਚਾਹੇ ਸਿਵਲ ਸਕੱਤਰੇ ਦੀ ਗੱਲ ਕਰੀਏ ਤਾਂ ਇਹ ਸਾਰੇ ਜਿਹੜੇ ਦਫ਼ਤਰ ਨੇ ਸਵੇਰੇ 7:30 ਵਜੇ ਜਿਹੜੇ ਨੇ 2 ਮਈ ਤੋਂ ਖੁੱਲਣਗੇ ਤੇ 2 ਵਜੇ ਜਿਹੜੇ ਨੇ ਇਹ ਬੰਦ ਹੋ ਜਾਣਗੇ ਯਾਨੀ ਕਿ 7:30 ਤੋਂ ਦੁਪਹਿਰ ਦੇ 2 ਵਜੇ ਤੱਕ ਜਿਹੜੇ ਨੇ ਦਫ਼ਤਰ ਖੁੱਲਣਗੇ ਔਰ ਇਸ ਸਮਾਂ ਸੀਮਾ ਜਿਹੜੀ ਹੈ 2 ਮਈ ਤੋਂ ਲੈ ਕੇ 15 ਜੁਲਾਈ ਤੱਕ ਹੋਵੇਗੀ ਸੋ ਇਸ ਨੂੰ ਜਿਹੜਾ ਨੋਟੀਫਾਈ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੈ ਇੱਕ ਵੱਖਰਾ ਤੇ ਨਵਕਲਾ ਫੈਸਲਾ ਹੈ ਬਹੁਤ ਸਾਰੇ ਬਾਹਰਲੇ ਜਿਹੜੇ ਦੇਸ਼ ਨੇ ਉੱਥੇ ਵੀ ਇਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਨੇ ਸੋ ਪੰਜਾਬ ਦੇ ਵਿੱਚ ਹੁਣ ਅਗਲੇ ਜਿਹੜੇ 2.5 ਮਹੀਨੇ ਨੇ ਯਾਨੀ ਕਿ ਮਈ, ਜੂਨ ਤੇ ਜੁਲਾਈ ਦਾ ਜਿਹੜਾ ਅੱਧਾ ਹਿੱਸਾ ਹੈ ਉੱਥੇ ਬਹੁਤ ਜਲਦੀ ਜਿਹੜੇ ਨੇ ਸਵੇਰੇ ਸਵੇਰੇ ਦਫ਼ਤਰ ਜਿਹੜੇ ਨੇ ਖੁੱਲੇ ਜਾਣਗੇ ਸਵਾਸਤ ਕਰਦੇ ਆਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਬਸ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ